नहीं है, रिश्तेदार तो है ना। तड़के जो आपके ने बड़ा भरा जसी जसी मेरा नाम प्रभास चंद की कहना चाहेंगे जी बंदे का कत्ल होया मैं की पता देखे नहीं मैं तो 10 बजे डॉक्टर को गया भजा दिया जी वहाँ गया था तुम्हारे पास ही ए डॉक्टर को हाँ उतने गया उन्होंने भजा दिया और शराब पी रखी थी क्या हाँ जी शराब तो पींदे ही है फुल बकते है जी पूरन जी कौन है जिन्हों की डेथ हुई है ये साढ़े बड़े भरा जी है जी की काम करते जी ये ट्रक के नाल कनैक्ट ही करते ਕਿੰਨੇ ਦਿਨਾਂ ਤੋਂ ਘਰੋਂ ਆਏ ਹੋਏ ਆ ਇਹ ਤਾਂ ਮਤਲਬ ਗੇੜਾ ਲਾਉਣ ਜਾਂਦੇ ਆ ਤੇ ਕੋਈ 10 ਦਿਨਾਂ ਨੂੰ ਆ ਗਏ ਕਦੇ 15 ਨੂੰ ਆ ਗਏ ਕਦੇ ਦੂਜੇ ਤੀਜੇ ਦਿਨ ਆ ਗਏ ਜਿਵੇਂ ਗੱਡੀ ਨਾ ਗਈ ਹੋਵੇ ਤਾਂ ਫਿਰ ਘਰੇ ਰਹਿ ਗਏ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿ ਅੱਜ ਇਹਨਾਂ ਦੀ ਡੈਥ ਹੋਈ ਸਾਨੂੰ ਤਾਂ ਕੋਈ ਡਰਾਈਵਰ ਦੱਸ ਕੇ ਆਇਆ ਜੀ ਕਿ ਤੁਹਾਡੇ ਭਰਾ ਦੀ ਕੋਈ ਇੱਥੇ ਮਤਲਬ ਸਿਰ ਸੁਰ ਪਾੜਿਆ ਪਿਆ ਡੈਥ ਹੋਈ ਪਈ ਫਿਰ ਅਸੀਂ ਸੁਣਿਆ ਨਾਲ ਦੇ ਨਾਲ ਆਏ ਕਿੰਨੀ ਉਮਰ ਸੀ ਇਹਨਾਂ ਦੀ ਹੋਊਗੀ 55-60 ਦੇ ਵਾਲੀ ਗੇੜੀ ਜੀ ਕੀ ਨਾਂ ਇਹਨਾਂ ਦਾ ਗੁਰਮੇਲ ਕੀ ਮਾਮਲਾ ਸਰ ਇਨਫੋਰਮੇਸ਼ਨ ਮਿਲੀ ਸੀ ਵੀ ਇੱਕ ਸ਼ੱਕੀ ਹਾਲਾ 'ਚ ਇੱਕ ਡੈਡ ਬਾਡੀ ਮਿਲੀ ਆ ਉਹਰੇ ਉਹ ਆ ਕੇ ਜੀ ਸ਼ਨਾਖਤ ਕੀਤੀ ਗਈ ਹੈ ਉਹਦੀ ਫੈਮਿਲੀ ਮੈਂਬਰ ਨੇ ਇਨਫੋਰਮ ਕੀਤਾ ਗਿਆ ਫੋਰੈਂਸਿਕ ਟੀਮ ਬੁਲਾਈ ਗਈ ਹੈ ਬਾਕੀ ਪੜਤਾਲ ਕਰਨ 'ਤੇ ਜੋ ਗੱਲ ਸਾਹਮਣੇ ਆਊਗੀ ਉਹ ਦੱਸਣੇ ਕਿਸ ਤਰ੍ਹਾਂ ਲੱਗਦਾ ਜੀ ਹਜੇ ਕੁਛ ਵੀ ਕਲੀਅਰ ਨਹੀਂ ਕਰਿਆ ਕਿਹਾ ਜਾ ਸਕਦਾ ਪੜਤਾਲ ਕੀਤੀ ਜਾ ਰਹੀ ਸੱਟਾਂ ਕਿੰਨੀ ਰਹੀਆਂ ਸਿਰ 'ਤੇ ਸੱਟ ਹੈ ਸਿਰ 'ਤੇ ਸੱਟ ਹੈ ਕਿੱਟਾਂ ਨੂੰ ਵੀ ਪੂਰੇ ਦੇ ਲੱਗਦਾ ਕਤਲ ਹੋ ਸਕਦਾ